ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਪਿਆਰੇ ਦਰਸ਼ਕੋ, ਪਿਛਲੇ ਐਤਵਾਰ ਇੱਕ ਬਹੁਤ ਵੱਡੀ ਗੱਲ ਇਹ ਹੋਈ ਜਦੋਂ ਸ਼ੁਕਰਾਨੇ ਦਾ ਭੋਗ ਪਾਇਆ ਗਿਆ ਬਰਗਾੜੀ ਵਿਖੇ, ਅਤੇ ਦੋ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਬਰਗਾੜੀ ਆਏ, ਐਲਾਨ ਕੀਤਾ ਕਿ ਹੁਣ ਬਰਗਾੜੀ ਨਹੀਂ ਬਰਗਾੜੀ ਸਾਹਿਬ ਹੋਏਗਾ, ਅਤੇ ਬਰਗਾੜੀ ਸਾਹਿਬ ਦੇ ਵਿੱਚ ਵੱਡੀਆਂ ਵੱਡੀਆਂ ਸਪੀਚਾਂ ਹੋਈਆਂ ਔਰ ਸਪੀਚਾਂ ਤੋਂ ਬਾਅਦ ਮੋਰਚਾ ਜਿਹੜਾ ਹੈ ਸਮਾਪਤ ਕਰ ਦਿੱਤਾ ਗਿਆ। ਧਿਆਨ ਸਿੰਘ ਮੰਡ ਹੋਰਾਂ ਨੇ ਕਿਹਾ ਕਿ ਮੋਰਚਾ ਸਮਾਪਤ ਨਹੀਂ ਹੋਇਆ, ਇਹ ਇੱਕ ਪਹਿਲਾ ਪੜਾਅ ਖਤਮ ਹੋਇਆ, ਸੰਘਰਸ਼ ਜਾਰੀ ਹੈ। ਅਤੇ ਹਰਿਮੰਦਰ ਸਾਹਿਬ ਦੇ ਵਿੱਚ ਗਏ ਅਤੇ ਉਦੋਂ ਬਾਅਦ ਉਹਨਾਂ ਨੇ ਜਿਹੜਾ ਸਮਾਗਮ ਕੀਤਾ ਉਹਦੇ ਵਿੱਚ ਜਦੋਂ ਸਰੋਪਾ ਦੇ ਰਹੇ ਸੀ ਜਿਹੜੇ ਬੰਦੇ ਬਰਗਾੜੀ 'ਚ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ, ਮੈਂ ਵੀ 250-300 ਬੰਦਾ ਸੀ ਉਸ ਵੇਲੇ। ਸੰਤ ਦਾਦੂਵਾਲ ਜਿਹੜੇ ਕਿ ਜਿਸ ਦਿਨ ਸਮਝੌਤਾ ਹੋਇਆ ਉਸ ਦਿਨ ਸਟੇਟ ਸੈਕਟਰੀ 'ਤੇ ਬਹੁਤ ਉੱਚੀ ਸੁਰ ਦੇ ਵਿੱਚ ਕਹਿ ਰਹੇ ਸੀ, ਜੋ ਮੰਡ ਸਾਹਿਬ ਕਹਿ ਰਹੇ ਨੇ ਅਸੀਂ ਉਹਨਾਂ ਦੇ ਪਿੱਛੇ ਹਾਂ। ਅਤੇ ਨਾਲ ਉਹ ਇਹ ਗੱਲ ਕਹਿ ਰਹੇ ਸੀ ਕਿ ਜੋ ਮੰਡ ਸਾਹਿਬ ਕਹਿਣਗੇ ਉਹੀ ਕਰਾਂਗੇ। ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਵੀ ਇਹੀ ਕਹਿ ਰਹੇ ਸੀ, ਲੇਕਿਨ ਫਿਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਕੀ ਕਹਿਣਾ ਹੈ ਕਿ ਇਹ ਜੋ ਮੰਡ ਸਾਹਿਬ ਨੇ ਇੱਕ ਇਸ ਤਰ੍ਹਾਂ ਦਾ ਫੈਸਲਾ ਕੀਤਾ ਹੈ ਜਿਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਕੋਲਿਆਂਵਾਲੀ ਵਿਖੇ ਬੋਲਦੇ ਹੋਏ ਇਹ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਇਹ ਸਰਕਾਰੀ ਮੋਰਚਾ, ਸਰਕਾਰ ਨੇ ਲਾਇਆ ਸੀ, ਸਰਕਾਰ ਨੇ ਉਠਾ ਦਿੱਤਾ, ਮਿਲਿਆ ਕੁਝ ਨਹੀਂ, ਲੋਕ ਵਿਰੋਧ ਕਰ ਰਹੇ ਸੀ। ਲੋਕ ਤਾਂ ਜਦੋਂ ਮੰਤਰੀ ਬੈਠੇ ਸੀ ਉਦੋਂ ਹੀ ਜਿਹੜੀ ਹੈ ਹਿਲਜੁਲ ਹੋ ਗਈ ਸੀ, ਅਤੇ ਹੁਣ ਸਾਰੇ ਕਿਤੇ ਇਹ ਚਰਚਾ ਹੈ ਕਿ ਸਿੱਖ ਜਾਣ ਕਿੱਥੇ। ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਹੀ ਮੋਹ ਭੰਗ ਸੀ ਅਤੇ ਹੁਣ ਇਹਨਾਂ ਤੋਂ ਵੀ ਮੋਹ ਭੰਗ ਹੈ। ਜਿਹੜੇ ਸਰਬੱਤ ਖਾਲਸਾ ਨੇ ਜਥੇਦਾਰ ਬਣਾਏ ਸੀ, ਸਿੱਖਾਂ ਦੇ ਵਿੱਚ ਖਾਸ ਕਿਸਮ ਦੀ ਨਮੋਸ਼ੀ ਜ਼ਰੂਰ ਨਜ਼ਰ ਆ ਰਹੀ ਹੈ, ਇਹ 'ਤੇ ਚਰਚਾ ਕਰਨੀ ਹੈ। ਚਰਚਾ ਕਰਨ ਲਈ ਸਾਡੇ ਅੱਜ ਸਟੂਡੀਓ ਦੇ ਵਿੱਚ ਜਿਹੜੇ ਮਾਹਰ ਵਿਦਵਾਨ ਨੇ, ਤੁਹਾਨੂੰ ਉਹਨਾਂ ਨਾਲ ਮਿਲਾ ਦਈਏ। ਤਵਾਰਕ ਫਰਾਮਾ ਉਹਨਾਂ ਦਾ ਸੁਰਿੰਦਰ ਸਿੰਘ ਨੇ, ਸੁਰਿੰਦਰ ਸਿੰਘ ਬਾਬਾ ਜੀ ਅੱਜ ਕੱਲ੍ਹ ਸਿਆਸੀ ਟਿੱਪਣੀਕਾਰ ਦੇ ਤੌਰ 'ਤੇ ਜਾਣੇ ਜਾਂਦੇ ਨੇ, ਅਤੇ ਨਾਲ ਸਾਡੇ SSP ਰਿਟਾਇਰਡ ਨੇ, ਵੈਸੇ ਅੱਜ ਕੱਲ੍ਹ ਉਹ ਸਿਆਸੀ ਟਿੱਪਣੀਆਂ ਕਰ ਰਹੇ ਨੇ, ਲਗਾਤਾਰ ਲਿਖ ਰਹੇ ਨੇ, ਸਤਪਾਲ ਸਿੱਧੂ ਸਾਹਿਬ, ਸਾਬਕਾ ਤਹਿਸੀਲਦਾਰ ਦਰਸ਼ਨ ਸਿੰਘ ਸਿੱਧੂ ਐਡਵੋਕੇਟ ਨੇ, ਉਹ ਵੀ ਸਾਡੇ ਨਾਲ ਨੇ ਇਸ ਪ੍ਰੋਗਰਾਮ 'ਚ। ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸੁਰਿੰਦਰ ਜੀ, ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ। ਜੋ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੇ ਲਾਇਆ ਅਤੇ ਸਰਕਾਰ ਨੇ ਚੁਕਵਾਤਾ, ਇਹ ਗੱਲ ਤਾਂ ਸ਼ੁਰੂ ਤੋਂ ਕਹਿ ਰਹੇ ਸੀ, ਪਰ ਜਦੋਂ ਮਿਲਿਆ ਕੁਝ ਨਹੀਂ ਅਤੇ ਸਰਕਾਰੀ ਬੰਦੇ ਗਏ ਦੋ ਮੰਤਰੀ ਅਤੇ ਮੋਰਚਾ ਉੱਠ ਖੜਿਆ, ਅਤੇ ਕਿਤੇ ਬਾਦਲ ਸੱਚੀ ਤਾਂ ਨਹੀਂ ਕਹਿ ਰਿਹਾ? ਵਾਲੀਆ ਸਾਹਿਬ, ਉਹ ਸੁਭਾਵਿਕ ਆ ਜਦੋਂ ਨਾ ਕੁਛ ਫੈਸਲੇ ਜਿਹੜੇ ਆ ਉਹਨਾਂ ਨੂੰ ਇੰਪਲੀਮੈਂਟ ਕਰਨ ਲੱਗਿਆਂ ਗਲਤੀਆਂ ਹੋ ਜਾਣ ਤਾਂ ਇਹ ਜਿਹੜੇ ਜੋ ਕੁਛ ਉੱਥੇ ਵਾਪਰਿਆ ਅਤੇ ਜਿਹੜੇ ਹਿਸਾਬ ਦੇ ਨਾਲ ਵਾਪਰਿਆ ਅਤੇ ਉਹਦੇ 'ਤੇ ਕਿੰਤੂ ਪਰੰਤੂ ਖੜਾ ਹੋਣਾ ਸੁਭਾਵਿਕ ਸੀ। ਇਹਦੇ 'ਚ ਕੋਈ ਦੋ ਰਾਏ ਨਹੀਂ, ਸਰਕਾਰਾਂ ਦੀ ਸਹਿਮਤੀ ਬਗੈਰ ਇੰਨੇ ਲੰਬੇ ਸਮਝੌਤੇ ਜਿਹੜੇ ਮੋਰਚੇ ਉਹ ਨਹੀਂ ਚੱਲਿਆ ਕਰਦੇ ਹੁੰਦੇ। ਲੇਕਿਨ ਉੱਥੇ ਦੋ ਤਿੰਨ ਗਲਤੀਆਂ ਸਰਕਾਰ ਅਤੇ ਉੱਥੇ ਜਿਹੜੇ ਮੋਰਚੇ 'ਤੇ ਬੈਠੇ ਸੀ ਉਹਦੇ ਪ੍ਰਬੰਧਕ ਉਹ ਬੜੀ ਵੱਡੀਆਂ ਕਰ ਗਏ। ਇੱਕ ਤਾਂ ਜਿਸ ਵੇਲੇ 6 ਤਰੀਕ ਨੂੰ ਇੱਕ ਕਲਿੱਪ ਆ ਗਈ ਕਿ ਮੰਡ ਸਾਹਿਬ ਨਾਲ ਸਮਝੌਤਾ ਹੋ ਗਿਆ ਅਤੇ ਕੱਲ੍ਹ ਨੂੰ ਸ਼ੁਕਰਾਨੇ ਦਾ ਪਾਠ ਰੱਖਿਆ ਜਾਊ, ਬਿਲਕੁਲ ਉਹ ਮੰਡ ਸਾਹਿਬ ਵੱਲੋਂ ਨਹੀਂ ਸੀ ਚਾਹੀਦੀ, ਉਹ ਚਾਹੀਦੀ ਸੀ ਸਰਕਾਰ ਵੱਲੋਂ ਕਿ ਅਸੀਂ ਉੱਥੇ 9 ਤਰੀਕ ਨੂੰ ਜਾਵਾਂਗੇ, ਜਾ ਕੇ ਅਸੀਂ ਉੱਥੇ ਐਲਾਨ ਕਰਾਂਗੇ, ਉਸ ਦੇ ਬਾਅਦ ਇਹ ਮੋਰਚੇ ਦੇ ਪ੍ਰਬੰਧਕ ਜਿਹੜੇ ਫੈਸਲਾ ਲੈਣਗੇ, ਇਹਨਾਂ ਨੇ ਮੋਰਚਾ ਸਮਾਪਤ ਕਰਨਾ। ਸਮਝੌਤਾ ਤਾਂ ਪਹਿਲਾਂ ਹੀ ਹੋ ਗਿਆ ਸੀ। ਹਾਂ, ਸਮਝੌਤਾ ਦੇਖੋ, ਸਮਝੌਤਾ ਨਾ ਮੰਡ ਸਾਹਿਬ ਨੇ ਕੀਤਾ ਨਾ ਦਾਦੂਵਾਲ ਨੇ ਕੀਤਾ, ਸਮਝੌਤਾ ਤਾਂ ਦੋਨਾਂ ਪਾਰਟੀਆਂ ਦੇ ਜਿਹੜੇ ਬੈਕ 'ਤੇ ਬੈਠੀਆਂ ਟੀਮਾਂ ਨੇ ਉਹਨਾਂ ਨੇ ਕੀਤਾ, ਨਾ ਉੱਥੇ ਅਨਾਊਂਸਮੈਂਟ ਕਰਨ ਵਾਲਿਆਂ ਨੇ ਕੀਤਾ ਨਾ ਮੋਰਚੇ ਦੇ ਪ੍ਰਬੰਧਕਾਂ ਨੇ ਕੀਤਾ। ਸੁਣਿਆ ਤਾਂ ਇਹ ਜਾ ਰਿਹਾ ਕਿ ਦੋਨੇ ਸਾਹਿਬਜ਼ਾਦਿਆਂ ਨੇ ਸਮਝੌਤਾ। ਹਾਂ, ਬਸ ਮੈਂ ਉਹਦੇ ਨਾਲ ਸਹਿਮਤ ਹਾਂ, ਉੱਥੋਂ ਹੀ ਹੋਇਆ ਸਮਝੌਤਾ, ਉੱਥੋਂ ਹੋ ਕੇ ਆਇਆ, ਦੋਨਾਂ ਧਿਰਾਂ ਨੇ ਉਹ ਪ੍ਰਵਾਨ ਕਰ ਲਿਆ ਅਤੇ ਉਹ ਉੱਥੇ ਆ ਗਿਆ। ਇਹ ਗਲਤੀ ਬਹੁਤ ਵੱਡੀ ਹੋਈ ਕਿ ਜਿਹੜੇ ਮੋਰਚੇ ਦੇ ਪ੍ਰਬੰਧਕ ਸੀ ਉਹਨਾਂ ਨੂੰ ਇਹ ਅਨਾਊਂਸਮੈਂਟ ਨਹੀਂ ਸੀ ਕਰਨੀ ਚਾਹੀਦੀ ਜਿੱਥੋਂ ਸ਼ੱਕ ਪੈ ਗਈ। ਦੂਸਰੀ ਗੱਲ ਕਿ ਮੋਰਚੇ 'ਚੋਂ ਮਿਲਿਆ ਕੁਛ ਨਹੀਂ, ਜੇ ਕੁਛ ਮਿਲ ਜਾਂਦਾ ਤਾਂ ਫਿਰ ਜਿਹੜੀ ਇਲਜ਼ਾਮਬਾਜ਼ੀ ਸ਼ੁਰੂ ਹੋਈ ਇਹ ਨਾ ਹੁੰਦੀ। ਹੁਣ ਦੋਨੋਂ ਜਗ੍ਹਾ ਦੇ ਉੱਤੇ ਹੀ ਸਰਕਾਰ ਵੀ ਗਲਤੀ ਕਰ ਗਈ ਅਤੇ ਮੋਰਚੇ ਦੇ ਪ੍ਰਬੰਧਕ ਵੀ ਗਲਤੀਆਂ ਕਰ ਗਏ ਅਤੇ ਉਹ ਬਾਦਲ ਸਾਹਿਬ ਨੂੰ ਗੱਲ ਕਰਨ ਦਾ ਮੌਕਾ ਦੇ ਦਿੱਤਾ। ਜੇ ਇਹੀ ਤਰੀਕੇ ਦੇ ਨਾਲ ਇਹੀ ਸਾਰਾ ਕੁਛ ਜਿਹੜਾ ਸੀ ਇਹ ਕੀਤਾ ਹੁੰਦਾ ਤਾਂ ਇਹ ਜਿਹੜੀ ਹਾਲਾਤ ਬਣੀ ਇਹ ਸ਼ਾਇਦ ਨਾ ਬਣਦੀ। ਸਿੱਧੂ ਸਾਹਿਬ, ਜੋ ਬਾਬਾ ਜੀ ਕਹਿ ਰਹੇ ਨੇ, ਕਿੰਨਾ ਕੁ ਸਹਿਮਤ ਹੋ ਤੁਸੀਂ? ਵਾਲੀਆ ਸਾਹਿਬ, ਵੈਸੇ ਮੈਂ ਜੋ ਮੋਰਚਾ ਚੱਕਣ ਵਾਸਤੇ ਜੋ ਵੀ ਕੀਤਾ ਗਿਆ, ਪ੍ਰਬੰਧ ਕੀਤੇ ਗਏ, ਬਾਅਦ 'ਚ ਉੱਥੇ ਅਨਾਊਂਸਮੈਂਟ ਕੀਤੀ ਗਈ, ਉਸ ਵੇਲੇ
ਦਾਦੂ ਵਾਲ ਵੀ ਬੈਠੇ ਸੀ ਸਟੇਜ 'ਤੇ ਜਾਂ ਬੋਲੇ ਸੀਗੇ, ਉਹਨਾਂ ਗੱਲਾਂ ਨੂੰ ਮੈਂ ਬਹੁਤ ਧਿਆਨ ਨਾਲ ਦੇਖਿਆ ਅਤੇ ਸੁਣਿਆ। ਅਸਲ 'ਚ ਕੀ ਹੋਇਆ ਜੋ ਮੈਂ ਸਮਝਦਾ ਕਿ ਬੜੀ ਜਲਦੀ ਨਾਲ ਬੜੀ ਕਾਹਲੀ ਨਾਲ ਇਹ ਫੈਸਲਾ ਕੀਤਾ ਗਿਆ ਔਰ ਉਸ ਫੈਸਲੇ ਨੂੰ ਲਾਗੂ ਕਰਨ ਲਈ ਕਿਹਨੇ ਕੀਤੀ, ਸਰਕਾਰ ਨੇ ਜਾਂ ਇਹ ਧਿਰ? ਕਾਹਲੀ ਜੇ ਮੈਂ ਸਮਝਦਾ ਤਾਂ ਕਾਹਲੀ ਦਾ ਪੱਖ ਜਿਹੜਾ ਉਹ ਸਰਕਾਰ ਦੇ ਸਾਢੇ ਛੇ ਮਹੀਨੇ ਕਿਤੇ ਕਾਹਲੀ ਹੁੰਦੀ ਹੈ ਜੀ। ਨਹੀਂ ਤੁਸੀਂ, ਮੈਂ ਚੱਕਣ ਵੇਲੇ ਦੀ ਗੱਲ ਕਰ ਰਿਹਾ, ਮੈਂ ਮੋਰਚਾ ਟੋਟਲ ਦੀ ਨਹੀਂ ਗੱਲ ਕਰ ਰਿਹਾ, ਮੈਂ ਕਹਿੰਦਾ ਚੱਕਣ ਵੇਲੇ ਦੀ, ਜਿਹੜਾ ਉਹ ਚੱਕਣ ਦਾ ਟਾਈਮ ਹੈ ਤੁਸੀਂ ਉਹਨੂੰ ਜੇ ਦੇਖੋਗੇ ਤਾਂ ਬੜਾ ਥੋੜੇ ਟਾਈਮ 'ਚ ਫੈਸਲਾ ਹੋ ਕੇ ਅਤੇ ਤੀਸਰੇ ਦਿਨ ਤਾਂ ਅਨਾਊਂਸਮੈਂਟ, ਅਸਲ ਅਨਾਊਂਸਮੈਂਟ ਦਾ ਪਹਿਲੇ ਦਿਨ ਹੀ ਹੋ ਗਈ ਜਦੋਂ ਉਹਨਾਂ ਦੀ ਕਲਿੱਪ ਆ ਗਈ ਕਿ ਇਹ ਸਮਝੌਤਾ ਹੋ ਗਿਆ, ਅਨਾਊਂਸਮੈਂਟ ਹੀ ਹੋਣੀ ਬਾਕੀ ਹੈ। ਹਾਂ ਸਿੱਧੂ ਸਾਹਿਬ, ਵੈਸੇ ਮੈਂ ਤੁਹਾਨੂੰ ਆਫ ਦੀ ਰਿਕਾਰਡ ਦੱਸਾਂ, ਉਹ ਸਰਕਾਰ ਤਾਂ ਬਹੁਤ ਚੜ੍ਹਦੀ ਕਹਿ ਰਹੀ ਸੀ ਇਹ ਨਹੀਂ ਚੱਕ ਰਹੇ ਸੀ। ਮੈਂ ਇਹੀ ਗੱਲ ਆਪਦੇ ਪੱਧਰ 'ਤੇ ਇਹਨਾਂ ਨੇ ਕੀਤਾ ਨਾ, ਜਿਹੜਾ ਆਪਦੇ ਪੱਧਰ 'ਤੇ ਫੈਸਲਾ ਲਿਆ ਅਸਲ 'ਚੋਂ ਬੜੀ ਕਾਹਲੀ ਨਾਲ ਲਿਆ ਫੈਸਲਾ, ਉਹ ਫਿਰ ਵੀ ਠੀਕ ਰਹਿ ਸਕਦਾ ਸੀ ਜੇ ਕਿਤੇ ਇਹ ਉਸ ਫੈਸਲੇ ਨੂੰ ਦੂਜੇ ਪਾਸੇ ਕਹਿੰਦੇ ਵੀ ਅਸੀਂ ਘੱਟੋ ਘੱਟ ਇਸ ਪ੍ਰੈਸ਼ਰ ਥੱਲੇ, ਸਾਡੇ ਪ੍ਰੈਸ਼ਰ ਥੱਲੇ ਬਾਦਲਾਂ ਨੇ ਮਾਫ਼ੀ ਮੰਗੀ। ਪਰ ਤੁਹਾਨੂੰ ਇਹਨਾਂ ਨੇ ਇਸ ਗੱਲ ਦਾ ਫਾਇਦਾ ਲੈਣ ਦੀ ਬਜਾਏ ਜੀ ਸਰਕਾਰ ਦੇ ਕਹਿਣ ਦੇ ਕਹਿੰਦੇ ਵੀ ਸਰਕਾਰ ਨੇ ਸਾਡੀਆਂ ਜੋ ਸਾਨੂੰ ਸਹਿਮਤੀਆਂ ਦਿੱਤੀਆਂ ਨੇ ਇਹ ਸਰਕਾਰ ਸਾਡੇ ਅਨੁਸਾਰ ਕਰੂਗੀ। ਕੋਈ ਮੰਗ ਜਿਹੜੀ ਹੈ ਜਦੋਂ ਉਹਨਾਂ ਨੇ ਸ਼ੁਰੂ ਬਾਈ ਲੋਕ ਜਿਹੜੇ ਬੈਠੇ ਨਾ ਉਹਨਾਂ ਨੂੰ ਇਹ ਕਹਿ ਕੇ ਬਿਠਾਇਆ ਸੀ ਕਿ ਤਾਂ ਉੱਠਾਂਗੇ ਜਾਂ ਮੰਗ ਪੂਰੀ ਹੋਊਗੀ, ਮੰਗ ਕੋਈ ਪੂਰੀ ਨਹੀਂ ਹੋਈ। ਇੱਕ ਫੋਨ ਕਾਲ ਲੈ ਲਈਏ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਵਾਲੀਆ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ, ਅਸੀਂ ਫਤਿਹਗੜ੍ਹ ਚੂੜੀਆਂ ਤੋਂ ਬੋਲ ਰਹੇ ਹਾਂ, ਗੁਰਦਾਸਪੁਰ ਨਰਿੰਦਰ ਸਿੰਘ ਜੀ। ਹਾਂਜੀ, ਪਹਿਲਾਂ ਤਾਂ ਧੰਨਵਾਦ ਟਾਈਮ ਟੀ ਵੀ ਚੈਨਲ ਦਾ ਆਪ ਜੀ ਦਾ ਕਰਨੇ, ਤੁਸੀਂ ਜਿਹੜਾ ਚਰਚਾ ਪ੍ਰੋਗਰਾਮ ਹੈ ਤੁਹਾਡਾ ਬਹੁਤ ਵਧੀਆ ਵਾ ਜੀ, ਸਿਆਈ ਜੀ ਪਹਿਲਾਂ ਤੱਕ ਤੁਸੀਂ ਜਾਂਦੇ ਹੋ ਜੀ। ਹਾਂਜੀ, ਬਾਕੀ ਗੱਲ ਇਸ ਤਰ੍ਹਾਂ ਵੀ ਸਾਡੀ ਸਿਸਟਮ ਦਾ ਇਹ ਕਾਹਦੀ ਹੈਗਾ, ਮੰਨ ਲਓ ਜੋ ਕਲਾਸ ਸੀ ਉਹਨਾਂ ਦੇ ਮਗਰ ਜਾਂ ਬਗਰਾੜੀ ਵਾਲਿਆਂ ਦੇ, ਹਾਂ ਜਿੰਨੀਆਂ ਸਾਡੀਆਂ ਸਿੱਖ ਸੰਪਰਦਾਵਾਂ ਜਥੇਬੰਦੀਆਂ ਕੋਈ ਵੀ ਇਕੱਠੀਆਂ ਨਹੀਂ ਵੇਖੀਆਂ ਹੈਗੀਆਂ, ਇਹਨਾਂ ਨੇ ਵੱਖੋ ਵੱਖ ਹੋ ਰਹੇ ਆ। ਹਾਂਜੀ, ਤੇ ਜਿਹੜਾ ਬਾਦਲ ਸਾਹਿਬ ਹਰਿੰਦਰ ਸਾਹਿਬ ਇਹ ਕਾਨਟੈਸਟਾਂ ਦੇ ਨਾਲ ਪੇਸ਼ ਹੋਣਾ ਚਾਹੀਦਾ ਹੈਗਾ, ਜੋੜੇ ਵੀ ਨਾ ਹੋ ਸਕਦੇ ਸੇਵਾ ਝਾੜੀ ਹੈ, ਪਰ ਸਾਹਿਬ ਦੇ ਪੇਸ਼ ਹੋ ਗਏ ਤਾਂ ਫਿਰ ਜੋ ਸੇਵਾ ਲੱਗਦੀ, ਜਿਹੜੇ ਚਾਰ ਜਥੇਦਾਰ ਸੀਗੇ ਉਹਨੂੰ ਵੀ ਦੋਸ਼ੀ ਆ, ਮੱਕੜ ਸਾਹਿਬ ਨੂੰ ਦੋਸ਼ੀ ਆ ਜੀ, ਉਹਨਾਂ ਨੂੰ ਸਜ਼ਾ ਲੱਗਣੀ ਚਾਹੀਦੀ। ਸ਼ੁਕਰੀਆ ਜੀ ਸਿੱਧੂ ਸਾਹਿਬ। ਅੱਛਾ ਗੱਲ ਇਹ ਹੈ ਵੀ ਜਿਹੜਾ ਉਦੋਂ ਫੈਸਲਾ ਲੈਣ ਦੀ ਇਹਨਾਂ ਨੇ ਕੀਤਾ ਵੀ ਜਦੋਂ ਇਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਮੋਰਚਾ, ਫਿਰ ਪਹਿਲੀ ਗੱਲ ਤਾਂ ਇਹ ਜਿਹੜੇ ਮੋਰਚੇ ਦੀਆਂ ਸ਼ਰਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਲੀਗਲ ਤੌਰ 'ਤੇ ਸੋਚ ਕੇ ਨਹੀਂ ਰੱਖੀਆਂ ਗਈਆਂ ਸੀ, ਕਿਉਂਕਿ ਉਹਦੇ 'ਚ ਜਿਹੜੀਆਂ ਲੀਗਲ ਹਿੱਚੇ ਸੀਗੀਆਂ ਉਹਨਾਂ ਨੂੰ ਜੇ ਸੋਚ ਕੇ ਰੱਖਿਆ ਜਾਂਦਾ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਇਹ ਜਿਹੜੀ ਜਜ਼ਬਾਤੀ ਹੋ ਕੇ ਮੋਰਚਾ ਲਾਇਆ ਗਿਆ, ਹੁਣ ਜਜ਼ਬਾਤ ਦੇ ਅਧੀਨ ਕਿਸੇ ਦੀ ਗ੍ਰਿਫਤਾਰੀ, ਜਜ਼ਬਾਤ ਦੇ ਅਧੀਨ ਕਿਸੇ ਦਾ, ਇਹ ਗੱਲ ਮੈਂ ਪਿਛਲੇ ਜਦੋਂ ਸ਼ੁਰੂ 'ਚ ਮੋਰਚਾ ਲੱਗਿਆ ਸੀ ਉਦਣ ਵੀ ਮੈਂ ਕਹੀ ਸੀ ਵੀ ਕਾਨੂੰਨ ਦਾ ਕੁਛ ਹੋ ਰਿਹਾ ਹੈ, ਇਹ ਜਿਹੜਾ ਜਜ਼ਬਾਤੀ ਤੌਰ 'ਤੇ ਹੋ ਰਿਹਾ ਹੈ। ਸਵਾਲ ਤਾਂ ਸਿੰਪਲ ਹੈ, ਇਹ ਦੱਸੋ ਜੋ ਅੱਜ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਉਹ ਤਾਂ ਫਿਰ ਗੱਲ ਸੱਚੀ ਹੋਊਗੀ? ਮੈਂ ਗੱਲ ਸੁਣੋ, ਫਿਰ ਸੱਚੀ ਹੋਊਗੀ ਨਾ? ਗੱਲ ਇਹ ਹੈ ਵੀ ਜਿਹੜੀ ਗੱਲ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਨੇ ਜੀ ਕਿ ਮੋਰਚਾ ਸਰਕਾਰ ਨੇ ਲਵਾਇਆ ਸੀ, ਮੈਂ ਇਹ ਤਾਂ ਕਹਿਣਾ ਨਹੀਂ ਕਹਿ ਸਕਦਾ, ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਬਿਨਾਂ ਸਰਕਾਰ ਦੀ ਸਪੋਰਟ ਤੋਂ ਇੰਨਾ ਲੰਬਾ ਮੋਰਚਾ ਨਹੀਂ ਚੱਲ ਸਕਦਾ ਜੀ, ਕਿਉਂਕਿ ਬਿਨਾਂ ਜਿਹੜਾ ਸਰਕਾਰ ਦੀ ਸਹਿਮਤੀ ਤੋਂ ਉੱਠ ਵੀ ਨਹੀਂ ਸਕਦਾ ਸੀ, ਅਤੇ ਉੱਠਣਾ ਜਿਹੜਾ ਨਾ ਉਠਾਉਣ ਦੇ ਵਿੱਚ ਕੁਦਰਤੀ ਗੱਲ ਹੈ, ਜੋ ਸਮਝੌਤੇ ਦੋ 'ਤੇ ਰਾਜ ਹੋਇਆ। ਅਤੇ ਇਹ ਜਿਹੜਾ ਤੁਹਾਡਾ ਕੀ, ਤੁਹਾਨੂੰ ਨਹੀਂ ਲੱਗਦਾ ਕਿ ਭਾਈ ਦਾਦੂਵਾਲ ਸਮਝੌਤੇ ਦੇ ਵਿੱਚ ਸੀ, ਉਦੋਂ ਬਾਅਦ ਉਹ ਇਕੱਲੇ ਉਹਦੇ ਗੱਲ ਪਾ ਕੇ ਚਲੇ ਗਏ? ਉਹ ਇਸੇ ਕਰਕੇ ਚਲਾ ਗਿਆ ਨਾ, ਉਸ ਭਾਈ ਦਾਦੂਵਾਲ ਜਿਸ ਬੈਲਟ ਨੂੰ ਬਿਲੋਂਗ ਕਰਦਾ, ਤੁਸੀਂ ਇੱਕ ਚੀਜ਼ ਯਾਦ ਰੱਖੋ, ਜਿਸ ਬੈਲਟ ਨੂੰ ਦਾਦੂਵਾਲ ਬਿਲੋਂਗ ਕਰਦਾ ਉਹ ਬੈਲਟ ਦੇ ਵਿੱਚ ਉਹਦੀ ਜਿਹੜਾ ਟਕਰਾਅ ਹੈ ਜਿਹਨੂੰ ਅਸੀਂ ਅੱਜ ਭੁੱਲ ਰਹੇ ਹਾਂ, ਉਸ ਟਕਰਾਅ ਨੂੰ ਯਾਦ ਨਹੀਂ ਕਰ ਰਹੇ, ਦਾਦੂਵਾਲ ਕਿਉਂ ਪਿੱਛੇ ਹਟਿਆ? ਕਿਉਂਕਿ ਦਾਦੂਵਾਲ ਦਾ ਟਕਰਾਅ ਹਮੇਸ਼ਾ ਹੀ ਸਰਸੇ ਵਾਲੇ ਨਾਲ ਰਿਹਾ, ਸਰਸੇ ਵਾਲੇ ਹੈ ਹੀ, ਉਹਦੇ ਨੇੜੇ ਆ, ਉਹਦੇ ਨੇੜੇ ਹੈ ਸਰਸੇ ਵਾਲੇ ਨਾਲ ਟਕਰਾਅ ਹੋਣ ਕਰਕੇ ਉਹ ਅੱਜ ਜੇ ਕਿਸੇ ਇਸ ਗੱਲ ਤੋਂ ਬੈਕਆਊਟ ਕਰਦਾ ਹੈ ਤਾਂ ਜਿਹੜੇ ਸਿੱਖ ਜਾਂ ਕੌਮ ਉਹਦੇ ਮਗਰ ਲੱਗੇ ਹੋਏ ਨੇ ਉਸ ਏਰੀਏ ਦੇ, ਖਾਸ ਕਰਕੇ ਫਰੀਦਕੋਟ ਬਠਿੰਡਾ ਮਾਨਸਾ ਉਹਨਾਂ ਜ਼ਿਲ੍ਹਿਆਂ ਦੇ ਲੋਕ ਨੇ ਜਿਹੜੇ ਦਾਦੂਵਾਲ ਦੇ ਨਾਲ ਚੱਲਦੇ ਨੇ, ਔਰ ਦਾਦੂਵਾਲ ਉਹਦੇ ਪਿੱਛੇ ਹਰ ਪਿੰਡ 'ਚ ਹਰ ਜਗ੍ਹਾ 'ਤੇ ਲੜਦਾ ਰਿਹਾ ਜੀ, ਔਰ ਉਹਨੂੰ ਇਹ ਲੱਗਦਾ ਕਿ ਜੇ ਮੈਂ ਇਸ ਤਰ੍ਹਾਂ ਦੀ ਗੱਲ ਤੋਂ ਪਿਛਾਂ ਹਟਿਆ ਤਾਂ ਇਹ ਜਿਹੜੇ ਮੇਰੇ ਪਿੱਛੇ ਦੀ ਫੋਲੋਇੰਗ ਹੈ ਇਹ ਖਤਮ ਨਾ ਹੋ ਜਾਵੇ ਕਿਤੇ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਇੱਕ ਹੋਰ ਵੀ ਤੁਹਾਨੂੰ ਦੱਸ ਦਈਏ, ਸ਼ਾਇਦ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਜਿਹੜਾ ਪਿੰਡ ਹੈ ਉਹੀ ਪਿੰਡ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਹੈ, ਕਿਤੇ ਇਹ ਵੀ ਗੱਲ ਹੋ ਸਕਦੀ ਹੈ ਕਿ ਸਮਝੌਤੇ ਦੇ ਵਿੱਚ ਇਹ ਭਾਈਵਾਲੀ ਵੀ ਹੋ ਸਕਦੀ, ਇਹ ਇਹ ਤਾਂ ਸਮਾਂ ਦੱਸੂਗਾ, ਲੇਕਿਨ ਹਾਲ ਦੀ ਘੜੀ ਭਾਈ ਦਾਦੂਵਾਲ ਨੇ ਜਥੇਦਾਰ ਧਿਆਨ ਸਿੰਘ ਮੰਡ ਤੋਂ ਜਿਹੜਾ ਹੈ ਆਪਣੀ ਦੂਰੀ ਬਣਾ ਲਈ ਇਹ ਗੱਲਾਂ, ਹਾਲਾਂਕਿ ਮੰਡ ਸਾਹਿਬ ਇਹ ਗੱਲ ਨੂੰ ਨਹੀਂ ਮੰਨ ਰਹੇ। ਦਰਸ਼ਨ ਸਿੰਘ ਸਿੱਧੂ ਜੀ, ਤੁਸੀਂ ਐਡਵੋਕੇਟ ਹੋ, ਤੁਸੀਂ ਤਹਿਸੀਲਦਾਰ ਰਹੇ ਹੋ, ਤੁਹਾਨੂੰ ਸਾਰੇ ਫਿਰ ਤੁਸੀਂ ਪੋਲੀਟੀਕਲ ਹੋ ਗਏ,
ਇਹ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਵੇਂ ਇਹਨਾਂ ਨੇ ਕਿਹਾ ਵੀ ਲੀਗਲੀ ਉਹਨਾਂ ਨੇ ਨਹੀਂ ਦੇਖਿਆ ਅਤੇ ਥੋੜ੍ਹੀ ਜਲਦੀ ਕਰ ਲਈ, ਕੀ ਲੱਗਦਾ ਕੀ ਹੈ? ਸਰਕਾਰੀ ਮੋਰਚਾ ਸੀ, ਇਨਸਾਫ ਦਾ ਮੋਰਚਾ ਸੀ, ਕੀ ਤੁਹਾਡੀ ਨਿਗਾਹ 'ਚ ਕੀ ਹੈ? ਬਾਜਵਾ ਸਾਹਿਬ, ਇਹ ਜਿਹੜਾ ਮੋਰਚਾ ਸੀ ਜੀ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੋਰਚਾ ਅਤੇ ਜਿਹੜਾ ਉੱਥੇ ਬਰਗਾੜੀ ਦੇ ਵਿੱਚ ਹੋਇਆ, ਦੋ ਸ਼ਹੀਦ ਸਿੰਘ ਹੋਏ, ਇਹ ਸਾਰੀਆਂ ਗੱਲਾਂ ਜੋ ਆਪਾਂ ਨੂੰ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ, ਇਸ ਕਰਕੇ ਹੋਇਆ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਨੂੰ ਆਪਾਂ ਨੂੰ ਸਿਆਸੀਕਰਨ ਕਰਨਾ ਨਹੀਂ ਚਾਹੀਦਾ। ਜੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਉੱਥੇ ਲੋਕਾਂ ਨੇ ਇਕੱਲੇ ਇੱਕ ਧਰਮ ਨੇ ਨਹੀਂ ਲਾਇਆ, ਵੱਖ ਵੱਖ ਧਰਮਾਂ ਦੇ ਲੋਕ, ਜਾਤਾਂ ਦੇ ਲੋਕ ਉੱਥੇ ਜਾ ਕੇ, ਉਹਨਾਂ ਨੇ ਨਹੀਂ ਜਾ ਕੇ ਮੋਰਚਾ ਲਾਇਆ। ਸਿੱਧੂ ਸਾਹਿਬ, ਠੇਸ ਤਾਂ ਹੁਣ ਪਹੁੰਚੀ, ਇਸ ਕਰਕੇ ਪਹੁੰਚ ਰਹੀ ਹੈ ਨਾ ਕਿ ਇਹ ਈਜ਼ਲੀ ਹੋ ਗਿਆ, ਇਹ ਜਿਹੜੇ ਠੇਸ ਇਸ ਕਰਕੇ ਪਹੁੰਚਣ ਨਾ, ਇਹ ਈਜ਼ਲੀ ਹੋ ਗਿਆ। ਪਹਿਲਾਂ ਆਪਾਂ 1 ਜੂਨ ਤੋਂ ਇਹ ਕਹਿ ਰਹੇ ਸੀ ਵੀ ਮੋਰਚਾ ਖਤਮ ਹੋ ਜਾਵੇ, ਖਤਮ ਹੋ ਜਾਵੇ, ਖਤਮ ਹੋ ਜਾਵੇ, ਕੀ ਜੇ ਉੱਥੇ ਗੋਲੀਆਂ ਚੱਲਦੀਆਂ ਮੋਰਚਾ ਖਤਮ ਹੁੰਦਾ, ਫਿਰ ਆਪਾਂ ਉੱਥੇ ਗੱਲ ਕਰਦੇ ਲੋਕ ਕਿਸੇ ਇਨਸਾਫ ਮਿਲੇ। ਹੁਣ ਇਨਸਾਫ ਵਾਸਤੇ ਜਦੋਂ ਇਹਨਾਂ ਨੇ ਇਹ ਗੱਲ ਕੀਤੀ ਹੈ, ਸਿੱਟ ਬਣਾਈ ਹੈ, ਜਦੋਂ ਸਿੱਟ ਦਾ ਇਹ ਮੌਕਾ ਉਹਨਾਂ ਨੂੰ ਦਿੱਤਾ ਹੈਗਾ, ਸਿੱਟ ਦਾ ਕੋਈ ਨਾ ਕੋਈ ਰਿਜ਼ਲਟ ਕੱਢੇਗੀ। ਹਾਂ, ਇੱਕ 6 ਮਹੀਨੇ ਪਹਿਲਾਂ ਇੱਕ ਇੰਨੀ ਗੱਲ ਜ਼ਰੂਰ ਹੈਗੀ ਹੈ ਕਿ ਉਹਦਾ ਕੋਈ ਸਮਾਂ ਨਹੀਂ ਫਿਕਸ ਕੀਤਾ ਕਿ ਵੀ ਕਿੰਨੇ ਸਮੇਂ ਦੇ ਵਿੱਚ ਉਹਨਾਂ ਨੂੰ ਕਰਨਾ ਚਾਹੀਦਾ। ਅਤੇ ਹੁਣ ਉਹਨਾਂ ਨੇ ਸਰਕਾਰ ਇਸ ਕੋਸ਼ਿਸ਼ ਦੇ ਵਿੱਚ ਸੀਗੀ, ਜਿਹੜੀਆਂ ਪਿਛਲੀਆਂ ਰਿਪੋਰਟਾਂ, ਕਮਿਸ਼ਨ ਦੀਆਂ ਰਿਪੋਰਟਾਂ, ਜੋਰਾ ਸਿੰਘ ਦੀ ਰਿਪੋਰਟ ਆਈ ਕਮਿਸ਼ਨ ਦੀ ਅਤੇ ਰਣਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਆਈ, ਉਹਨਾਂ ਦੇ ਉੱਤੇ ਹੁਣ ਸਿੱਟ ਬਣਾਈ। ਹੁਣ ਸਿੱਟ ਦਾ ਆਉਂਦਾ ਜਿਹੜਾ ਕੋਈ ਰਿਜ਼ਲਟ ਆਉਣਾ ਸੀ ਤਾਂ ਆਉਣਾ ਹੀ ਸੀ ਨਾ। ਹੁਣ ਬਾਦਲ ਸਾਹਿਬ ਨੂੰ, ਵੱਡੇ ਬਾਦਲ ਸਾਹਿਬ ਨੂੰ, ਸੁਖਬੀਰ ਬਾਦਲ ਜੀ ਨੂੰ ਅਤੇ ਦੂਜੇ ਜਿਹੜੇ ਐਕਟਰ ਸੀਗੇ ਅਕਸ਼ੇ ਕੁਮਾਰ, ਉਹਨਾਂ ਨੂੰ ਬੁਲਾ ਕੇ ਪੁੱਛਿਆ, ਇਸ ਤਰ੍ਹਾਂ ਪੁੱਛ ਰਹੇ ਨੇ, ਇਨਕੁਆਇਰੀ ਕਰ ਰਹੇ ਨੇ ਕਿ ਇਸ ਤਰ੍ਹਾਂ ਥੋੜ੍ਹੀ ਪੁੱਛਦਾ, ਉਹਨੂੰ ਕਾਜੂ ਖਵਾਓ ਅਤੇ ਬਦਾਮ ਖਵਾ ਦੇ, ਪੁੱਛੋ ਤੁਸੀਂ ਇਹ ਕੁਛ ਕੀਤਾ ਜਾਂ ਨਹੀਂ ਕੀਤਾ ਜੀ। ਅਤੇ ਮੈਂ ਇਹ ਗੱਲ ਕਹਿ ਰਿਹਾ ਕਿ ਵੀ ਜਿਹੜਾ ਕੁਛ ਹੋਇਆ, ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਜੀ ਵੀ ਜੇ ਕਿਸੇ ਲੀਡਰ ਨੇ ਕਿਹਾ ਜੀ ਉੱਥੇ ਵਿਹਲੇ ਬੰਦੇ ਨੇ ਅਤੇ ਉੱਥੇ ਜਲੇਬੀਆਂ ਖਾਣ ਜਾਂਦੇ ਨੇ, ਇਹ ਤਾਂ ਐਂ ਕਰਦੇ ਨੇ, ਉਹ ਕਰਦੇ। ਆਪਾਂ ਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਮੋਰਚਾ ਇੱਕ ਵਾਰੀ ਤਾਂ ਇਹ ਖਤਮ ਹੋਇਆ। ਸਵਾਲ ਮੇਰਾ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਗੱਲ ਕਹੀ ਹੈ ਕਿ ਇਹ ਸਿਆਸੀ ਮੋਰਚਾ, ਮੈਂ ਆਪਣੇ ਤੌਰ 'ਤੇ ਸਰਕਾਰੀ ਮੋਰਚਾ, ਮੈਂ ਇਹ ਆਪਣੇ ਤੌਰ 'ਤੇ, ਨਿੱਜੀ ਤੌਰ 'ਤੇ ਜੋ ਮੇਰਾ ਤਜਰਬਾ ਹੈ, ਜੋ ਲੋਕਾਂ ਦੀ ਗੱਲਾਂ ਦੀ ਫੀਡਬੈਕ ਹੈਗੀ ਹੈ, ਇਹ ਕੋਈ ਸਰਕਾਰੀ ਮੋਰਚਾ ਨਹੀਂ ਹੈਗਾ, ਇਹ ਕਿਸੇ ਸਰਕਾਰ ਨੇ ਨਹੀਂ ਲਾਇਆ। ਸਰਕਾਰ ਤਾਂ ਸਰਕਾਰ ਨੇ ਇਸ ਵੇਲੇ ਇਸ ਕਰਕੇ ਚੁਕਾਇਆ ਕਿ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਗੱਲਾਂ ਨੂੰ ਅਸੀਂ ਮੰਨਾਂਗੇ, ਉਹਦਾ ਸਮਾਧਾਨ ਕਰਾਂਗੇ ਅਸੀਂ, ਇਸ ਕਰਕੇ ਚੁਕਾਇਆ, ਨਾ ਕਿ ਇਹ ਗੱਲ ਕਰਕੇ ਚੁਕਾਇਆ ਤੁਸੀਂ ਸਾਡੇ ਬੰਦੇ ਹੋ। ਵਾਲੇ ਸਾਹਿਬ, ਤੁਸੀਂ ਇਹ ਗੱਲ ਕਹੀ ਸੀ ਕਿ ਦਾਦੂਵਾਲ ਉਹਨਾਂ ਦੇ ਪਿੰਡ ਦਾ ਹੈਗਾ, ਇਹ ਤਾਂ ਸਗੋਂ ਵਧੀਆ ਗੱਲ ਹੈ। ਜਦੋਂ ਕਿਸੇ ਸਮਾਧਾਨ ਆਪਾਂ ਗੱਲ ਕਰਦੇ ਹਾਂ, ਕੋਈ ਨਾ ਕੋਈ ਤਾਂ ਮੀਡੀਏਟਰ ਬਣਾਉਂਦੇ ਹਾਂ ਨਾ ਜੀ। ਇਹ ਗੱਲ ਤੁਹਾਡੀ ਗੱਲ 'ਤੇ ਅਸੀਂ ਦੋਨੇ, ਮੈਂ ਇਸ ਗੱਲ ਕਰਕੇ ਕਹਿੰਦਾ ਕਿ ਆਪਾਂ ਨੂੰ ਇਹ ਗੱਲ ਕਰਕੇ ਗੱਲ ਕਰਨੀ ਚਾਹੀਦੀ ਹੈ ਕਿ ਵਧੀਆ ਗੱਲ ਹੋਈ ਹੈ ਕਿ ਤੁਹਾਡੇ ਟਿੱਪਣੀ 'ਤੇ, ਦੋਨੇ ਮਾਰਾਂ ਦੀ ਟਿੱਪਣੀ ਲੈਣੀ ਹੈ ਇੱਕ ਫੋਨ ਕਾਲ ਤੋਂ ਬਾਅਦ। ਹੈਲੋ, ਹਾਂਜੀ ਵਾਜੇ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆ ਜਿਹੜੀ ਤੁਸੀਂ ਪ੍ਰਗਾੜੀ ਤੇ ਚਰਚਾ ਕਰਦੇ ਹੋ ਜੀ, ਇਹ ਬਿਲਕੁਲ ਇਹ ਦਾਦੂਵਾਲ ਇਹ ਵਿਕੇ ਹੋਏ ਬੰਦੇ ਨੇ ਜੀ। ਇਹ ਮਨ ਨੂੰ ਤੇ ਅਸੀਂ ਸਿਮਰਨਜੀਤ ਵੇਲੇ ਜਿਤਾ ਕੇ ਵੇਖ ਲਿਆ, ਅਸੀਂ ਇਹਨਾਂ ਕੰਮਾਂ 'ਚ ਰਹੇ ਹਾਂ, ਪ੍ਰਗਾੜੀ ਡੰਡੇ ਖਾ ਕੇ ਵੀ ਅਸੀਂ ਆਏ ਹਾਂ, ਇਹਨਾਂ ਦੇ ਕੋਈ ਲੈਣ ਦੇਣ ਨੂੰ ਨਹੀਂ। ਕੌਣ, ਕਿੱਥੋਂ ਬੋਲ ਰਹੇ ਹੋ ਤੁਸੀਂ? ਅਸੀਂ ਬਰਨਾਲੇ ਤੋਂ ਬੋਲਦੇ ਹਾਂ ਜੀ, ਇੱਥੇ ਬਰਗਾੜੀ ਕਾਂਡ ਦੇ ਵਿੱਚ ਅਸੀਂ ਡੰਡੇ ਖਾ ਕੇ ਗਏ ਹਾਂ ਜੀ। ਸ਼ੁਕਰੀਆ, ਤੁਹਾਡੀ ਗੱਲ ਆ ਗਈ ਸਾਡੇ ਕੋਲ। ਤੇ ਬਾਕੀ ਗੱਲ ਵੀਰ ਹੋਰ ਜੀ, ਸ਼ੁਕਰੀਆ ਸਾਹਿਬ। ਬਾਬਾ ਜੀ, ਆਪਣੇ ਕੋਲ ਜਿੰਨਾ ਕੁ ਟਾਈਮ ਹੈ, ਤੁਹਾਡੇ ਦੋਨਾਂ ਦੇ ਅਸੀਂ ਜਿਹੜੇ ਵਿਚਾਰ ਲੈਣੇ। ਸਿੱਧੂ ਸਾਹਿਬ ਇਹ ਕਹਿ ਰਹੇ ਨੇ ਕਿ ਜੀ, ਦਰਸ਼ਨ ਸਿੰਘ ਸਿੱਧੂ ਸਾਹਿਬ, ਕਿ ਇਹ ਕੋਈ ਸਰਕਾਰੀ ਮੋਰਚਾ ਨਹੀਂ ਸੀ ਅਤੇ ਇਹ ਬਿਲਕੁਲ ਸਹੀ ਹੋਇਆ, ਇਹਨਾਂ ਦੀ ਟਿੱਪਣੀ 'ਤੇ ਟਿੱਪਣੀ। ਨਹੀਂ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਇੰਨੇ ਲੰਬੇ ਮੋਰਚੇ ਹੁੰਦੇ ਆ, ਕਿਤੇ ਨਾ ਕਿਤੇ ਸਰਕਾਰਾਂ ਦੀ ਸਪੋਰਟ ਹੁੰਦੀ ਆ। ਦੂਸਰੀ ਗੱਲ, ਜਿਹੜਾ ਮੋਰਚਾ ਲਾਉਣਾ ਸੀ ਉਹ ਤਾਂ ਵਾਕਿਆ ਹੀ ਇਹਨਾਂ ਨੇ ਉਸ ਵੇਲੇ ਧਾਰਮਿਕ ਮੁੱਦੇ ਨੂੰ ਮੂਹਰੇ ਰੱਖ ਕੇ ਲਾ ਲਿਆ ਅਤੇ ਮੰਗਾਂ ਦੀ, ਜਿੱਦਾਂ ਪਹਿਲਾਂ ਅਕਾਲੀ ਦਲ ਦਾ ਮੋਰਚਾ ਹੁੰਦਾ ਸੀ, ਧਰਮ ਯੁੱਧ ਮੋਰਚਾ ਵੀ ਆਨੰਦਪੁਰ ਸਾਹਿਬ ਦਾ ਮਤਾ ਸੀ, ਇੰਨੀਆਂ ਕੁ ਮੰਗਾਂ ਸੀ ਵੀ ਜਿਹੜੀਆਂ ਮੰਗੀਆਂ ਨਹੀਂ ਜਾ ਸਕਦੀਆਂ ਕਿ ਸਿਰੇ ਨਹੀਂ ਲੱਗਦੀਆਂ, ਉਹੀ ਕੁਛ ਇੱਥੇ ਪਾ ਲੀਆਂ। ਇਹਨਾਂ ਨੂੰ ਵੀ ਉਸ ਦਿਨ ਪਤਾ ਸੀ ਵੀ ਜਿਹੜੇ ਅਸੀਂ 27 ਸਿੱਖ ਕੈਦੀਆਂ ਦਾ ਪਾ ਰਹੇ ਮਸਲਾ, ਉਹ ਜਿਹੜਾ ਉਹ ਸੋਲਵ ਏਡਾ ਸੌਖਾ ਨਹੀਂ ਹੋਣ ਵਾਲਾ, ਉੱਥੇ ਆ ਕੇ ਪੇਚ ਫਸ ਗਿਆ। ਜਦੋਂ ਤੁਸੀਂ ਜਿਹੜਾ ਮੋਰਚਾ ਸੀ, ਮੋਰਚੇ ਨੂੰ ਜਦੋਂ ਜਿਹੜੀ ਤੁਹਾਡੀ ਸਮਾਪਤੀ ਆ, ਉਹ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਲਿਜਾ ਰਹੀ ਆ। ਜੇ ਉੱਥੇ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਸਟੇਟਮੈਂਟ ਆਈ ਆ, ਉਹ ਤੁਹਾਡੇ ਮੋਰਚੇ ਨੂੰ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਲਿਜਾ ਰਹੀ ਆ, ਉਠਾ ਰਹੇ ਹੋ। ਸਮਝੌਤਾ ਕਿਹਦਾ ਹੋਇਆ, ਕੀ ਹੋਇਆ? ਜੇ 6 ਤਰੀਕ ਨੂੰ ਸਮਝੌਤਾ ਹੋ ਗਿਆ, 6 ਨੂੰ ਤੁਹਾਡੀ ਕਲਿੱਪ ਆ ਗਈ ਅਤੇ 9 ਤੱਕ ਵੇਟ ਕੀਤੀ, ਜਾਂ ਤਾਂ 9 ਤੋਂ ਬਾਅਦ ਤੁਸੀਂ 14-15 ਤੱਕ ਰੁਕ ਜਾਂਦੇ ਕਿ ਵਿਧਾਨ ਸਭਾ 'ਚ ਕੀ ਲਿਆ ਰਹੇ ਹੋ। ਹੁਣ ਕੀ ਹੋਇਆ ਕਿ ਉੱਥੇ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿਹੜੀ ਆਪਣੀ ਕੈਬਨਿਟ ਦੀ ਮੀਟਿੰਗ ਹੋਈ, ਉਹਦੇ 'ਚ ਆਇਆ ਕਿ ਪਰੋਲ ਦਾ ਸਮਾਂ ਵਧਾਇਆ ਜਾਊ।
ਕਿਸੇ ਦੀ ਰਿਹਾਈ ਦਾ ਨਹੀਂ ਹੈ। ਪਰੋਲ ਦਾ ਸਮਾਂ ਜਿਹੜਾ ਉਹ ਕੁਆਟਰਲੀ ਦੂਸਰਾ ਚ ਹਫ਼ਤਾ ਹਫ਼ਤਾ ਵਧਾਇਆ ਇਹਨਾਂ ਨੇ, ਉਹ ਕਿੰਨਾ ਕੁ ਵਧੂਗਾ? ਠੀਕ ਹੈ, ਪਰੋਲ 'ਤੇ ਛੱਡੋਗੇ ਜਿਹੜੇ ਤੁਸੀਂ ਕਹਿੰਦੇ ਸੀ 28 ਦੇ 28 ਕੈਦੀ ਇੱਥੇ ਬੁਲਾ ਕੇ ਛਡਾਏ ਜਾਣਗੇ, ਉਹ ਕਿੱਥੇ ਗਏ ਆ? ਇਸ ਕਰਕੇ ਇਹ ਕਹਿ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਨੇ ਗਲਤ ਕਿਹਾ, ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ। ਉਹਨਾਂ ਨੂੰ ਕਿਤੇ ਨਾ ਕਿਤੇ ਤੁਸੀਂ ਸ਼ੱਕ ਦੀ ਗੁੰਜਾਇਸ਼ ਦਿੱਤੀ, ਕਿਉਂਕਿ ਇਸ ਮੋਰਚੇ ਦੇ ਨਾਲ ਅਕਾਲੀ ਦਲ ਬੜੇ ਵੱਡੇ ਲੈਵਲ 'ਤੇ ਨੰਗਾ ਵੀ ਹੋਇਆ ਕਿ ਉਹਨਾਂ ਨੇ ਕੀ ਕੁਛ ਕੀਤਾ ਵਿਧਾਨ ਸਭਾ ਦੇ ਅੰਦਰ ਵੀ ਅਤੇ ਬਾਹਰ ਵੀ, ਦੋਨੋਂ ਜਗ੍ਹਾ 'ਤੇ ਉਹ ਨੰਗੇ ਹੋਏ। ਇਸ ਕਰਕੇ ਉਹਨਾਂ ਦੀ ਇਹ ਟਿੱਪਣੀ ਜਿਹੜੀ ਕਿਤੇ ਨਾ ਕਿਤੇ ਵਾਜਬ ਵੀ ਆ। ਜੀ ਸਿੱਧੂ ਸਾਹਿਬ, ਵਾਲੇ ਸਾਹਿਬ ਗੱਲ ਇਹ ਹੈ ਵੀ ਜਿਹੜੀ ਸਿੱਧੂ ਸਾਹਿਬ ਨੇ ਗੱਲ ਕਹੀ ਹੈ, ਮੈਂ ਇਹਦੇ ਨਾਲ ਕੁਛ ਹੱਦ ਤੱਕ ਸਹਿਮਤ ਹਾਂ। ਦੇਖੋ ਮੋਰਚੇ ਦੀ ਬਿਗਨਿੰਗ ਹੈ, ਉਹ ਬਿਗਨਿੰਗ ਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਸੀ। ਬਿਗਨਿੰਗ ਦੇ ਵਿੱਚ ਜਦੋਂ ਲੋਕ ਜੁੜੇ ਨੇ, ਉਹਨਾਂ 'ਚ ਤੁਸੀਂ ਕਿਸੇ ਵੀ ਤਰ੍ਹਾਂ ਧਰਮ ਦੇ ਲੋਕਾਂ ਨੂੰ ਮਾਰਕ ਨਹੀਂ ਕਰ ਸਕਦੇ, ਕਿਸੇ ਵੀ ਪਾਰਟੀ ਦੇ ਲੋਕਾਂ ਨੂੰ ਮਾਰਕ ਨਹੀਂ ਕਰ ਸਕਦੇ, ਕਿਸੇ ਵੀ ਧਰਮ ਦੇ ਹਰ ਤਰ੍ਹਾਂ ਦੇ ਲੋਕ, ਖਾਸ ਕਰਕੇ 7 ਅਕਤੂਬਰ ਨੂੰ ਲੱਖਾਂ ਲੋਕ ਥੋੜ੍ਹੀ ਮਤਲਬ ਲੱਖਾਂ ਲੋਕ ਥੋੜ੍ਹੇ ਸਾਰੇ ਇੱਕੋ ਕਿਸੇ ਨੇ ਭੇਜੇ ਨੇ, ਉਹ ਜੁੜੇ ਨੇ। ਇਹਦਾ ਮਤਲਬ ਕਿ ਮੋਰਚੇ ਦਾ ਏਮ ਬਹੁਤ ਵਧੀਆ ਸੀ, ਏਮ ਬਹੁਤ ਵਧੀਆ ਸੀ, ਲੇਕਿਨ ਉਹਨਾਂ 'ਚੋਂ ਗੇਨ ਵੀ ਕੀਤਾ। ਦੇਖੋ ਮੈਂ ਇਹ ਗੱਲ ਜਿਹੜੀ ਆਪਾਂ ਵਾਰ ਵਾਰ ਕਹਿੰਦੇ, ਮੋਰਚੇ 'ਚੋਂ ਗੇਨ ਨਹੀਂ ਕੀਤਾ, ਗੇਨ ਕੀਤਾ, ਕਿਉਂ ਨਹੀਂ ਗੇਨ ਕੀਤਾ? ਗੇਨ ਕੀ ਕੀਤਾ ਵੀ ਗੇਨ ਕਾਂਗਰਸ ਨੇ ਕੀਤਾ ਜੀ, ਕਾਂਗਰਸ ਨੇ ਛੱਡੋ, ਮੋਰਚੇ ਨੇ ਉਸ ਬਰਗਾੜੀ ਵਾਸਤੇ ਵੀ ਗੇਨ ਕੀਤਾ ਜੀ, ਕੇਸ ਰਜਿਸਟਰ ਦੁਆਰਾ ਕਰਨ ਤੋਂ ਬਾਅਦ ਉਹ 'ਚ ਬੰਦਿਆਂ ਨੂੰ ਨੋਮੀਨੇਟ ਕੀਤਾ ਗਿਆ। ਦੂਜੀ ਗੱਲ, ਸਿੱਟ ਜਿਹੜੀ ਬਣੀ ਉਹ ਸਿੱਟ ਨੇ ਉਸ, ਦੇਖੋ ਗੱਲ ਇਹ ਹੈ ਵੀ ਕਿਸੇ ਦਬਾਅ ਥੱਲੇ ਤੋਂ ਬਿਨਾਂ ਨਹੀਂ ਚੱਲਦੀਆਂ ਗੱਲਾਂ। ਜੇ ਉਸ ਮੋਰਚੇ ਦਾ ਦਬਾਅ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ, ਜੇ ਉਸ ਮੋਰਚੇ ਦਾ ਦਬਾਅ ਸੀ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ, ਜੇ ਉਸ ਮੋਰਚੇ ਦਾ ਦਬਾਅ ਸੀ ਤਾਂ ਅਕਸ਼ੈ ਕੁਮਾਰ ਨੂੰ ਤਲਬ ਕੀਤਾ ਗਿਆ, ਔਰ ਜੇ ਮੋਰਚੇ ਦਾ ਦਬਾਅ ਨਾ ਹੁੰਦਾ ਬਿਲਕੁਲ ਕੁਛ ਨਹੀਂ ਸੀ ਹੋਣਾ, ਪਹਿਲੀ ਸਿੱਟ ਵਰਗੀ ਹੋਣੀ ਸੀ। ਬਿਲਕੁਲ ਹੰਸ ਸਿੱਧੂ ਸਾਹਿਬ, ਤੁਸੀਂ ਕੁਛ ਕਹਿਣਾ? ਮੈਂ ਕਹਿਣਾ ਚਾਹੁੰਦਾ ਜੀ, ਇਸ ਮੋਰਚੇ ਦਾ ਇੱਕ ਇਹ ਜ਼ਰੂਰ ਫਾਇਦਾ ਹੋਇਆ ਇਸ ਗੱਲ ਦਾ ਕਿ ਹੁਣ ਕੋਈ ਨਾ ਕੋਈ ਗੱਲ ਜ਼ਰੂਰ ਬਾਹਰ ਆਏਗੀ, ਜਿਵੇਂ ਸਾਰੀ ਸੰਗਤ ਕਹਿ ਰਹੀ ਹੈ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਇੱਕ ਗੱਲ ਕਰਕੇ ਉਹ ਕਰਾਂਗਾ, ਕਹਿੰਦੇ ਹੁੰਦੇ ਨਾ ਜੇ ਕੋਈ ਇੱਕ ਬਜ਼ੁਰਗ ਆਪਣੀ ਬੇਟੀ ਕੋਲ ਗਿਆ ਅਤੇ ਉਹਨੂੰ ਪੁੱਛ, ਦੋਵਾਂ ਬੇਟੀਆਂ ਕੋਲ ਗਿਆ, ਇੱਕ ਪਹਿਲੀ ਬੇਟੀ ਨੂੰ ਪੁੱਛਿਆ ਵੀ ਹਾਂ ਕੀ ਹਾਲ ਹੈ, ਉਹ ਕਹਿੰਦੀ ਵੀ ਜੇ ਇਸ ਵਾਰੀ ਵਧੀਆ ਬਾਰਿਸ਼ ਪੈ ਜੇ ਤਾਂ ਟਾਂਡੇ ਵਧੀਆ ਹੋ ਜਾਣਗੇ ਜੀ। ਅਤੇ ਉਹ ਦੂਜੀ ਕੋਲ ਗਿਆ, ਕਹਿੰਦੀ ਬਾਪੂ ਜੇ ਉਹ ਭਾਂਡੇ ਬਣਾਉਂਦੀ ਸੀ ਵਿਚਾਰੀ ਉਹਦਾ ਪਰਿਵਾਰ, ਕਹਿੰਦੇ ਬਾਪੂ ਜੇ ਐਤਕੀ ਬਾਰਿਸ਼ ਨਾ ਪਵੇ ਤਾਂ ਬਹੁਤ ਵਧੀਆ ਤਾਂ ਭਾਂਡੇ ਵਿਕ ਜਾਣਗੇ। ਤਾਂ ਉਹ ਬਜ਼ੁਰਗ ਵਿਚਾਰਾ ਘਰ ਆ ਗਿਆ, ਉਹਦੀ ਵਾਈਫ ਕਹਿੰਦੀ ਕਿ ਵੀ ਹਾਂਜੀ ਤੁਸੀਂ ਕਿਵੇਂ ਨੇ ਆਪਣੀ ਬੇਟੀਆਂ, ਕਹਿੰਦਾ ਬਸ 2 ਮਹੀਨਿਆਂ ਬਾਅਦ, ਕਹਿੰਦਾ ਜਾਂ ਤਾਂ ਟਾਂਡੇ ਵਾਲੇ ਹੈ ਨਹੀਂ ਜਾਂ ਭਾਂਡੇ ਵਾਲੇ ਹੈ ਨਹੀਂ। ਇਸ ਕਰਕੇ ਜੇ ਇਸ ਸਿੱਟ ਦੇ ਵਿੱਚ ਕੋਈ ਨਤੀਜਾ ਨਿਕਲਿਆ ਤਾਂ ਅਕਾਲੀ ਦਲ ਵਾਲੇ ਮਤਲਬ ਕਿ ਹੈ ਨਹੀਂ, ਜਿਹਨਾਂ ਨੇ ਦੋਸ਼ੀ ਜਿਹਨੂੰ ਆਪਾਂ ਮੰਨਦੇ ਹਾਂ ਅਕਾਲੀ ਦਲ ਹੈਗਾ ਜਾਂ ਨਹੀਂ ਹੈਗਾ, ਜੇ ਇਹਨਾਂ ਨੇ ਪੰਜਾਬ ਸਰਕਾਰ ਨੇ ਨਹੀਂ ਕੀਤਾ ਤਾਂ ਇਹ ਗਏ। ਮਤਲਬ ਕਿ ਇਸ ਮੋਰਚੇ ਦਾ ਇਹ ਗੱਲ ਜ਼ਰੂਰ ਨਿਕਲੇਗੀ ਕਿ ਜਿਹੜੇ ਦੋਸ਼ੀ ਨੇ ਉਹ ਜ਼ਰੂਰ ਸਾਹਮਣੇ ਆਉਣਗੇ। ਦਾਦੂਆਂ ਵਾਲੀ ਗੱਲ ਸਹੀ ਹੋ ਜੂਗੀ, ਕਬਰ ਪੱਟੀ ਗਈ, ਕੋਈ ਨਾ ਕੋਈ ਕੋਈ ਨਾ ਕੋਈ ਵਿੱਚ ਨਿਕਲੇ। ਇਹ ਗੱਲ ਸਹੀ ਹੈ। ਮੈਂ ਇੱਕ ਅਖੀਰ 'ਚ ਨਾ ਬਾਬਾ ਜੀ ਤੁਹਾਡੇ ਤੋਂ ਸ਼ੁਰੂ ਕਰਕੇ 30-40 ਸਕਿੰਟ 'ਚ ਇਸ ਕਰਕੇ ਜ਼ਰੂਰੀ ਹੈ ਕਿ ਲੋਕਾਂ ਨੂੰ ਨਮੋਸ਼ੀ ਫਿਰ ਕਿਉਂ ਹੋਈ? ਲੋਕਾਂ ਨੂੰ ਵਾਲਿਆ ਸਾਹਿਬ ਨਮੋਚੀ ਇਸ ਕਰਕੇ ਹੋਈ ਕਿ ਜਿਹੜੀ ਮੈਂ ਵਾਰ ਵਾਰ ਕਹਿ ਰਿਹਾ, ਮੋਰਚੇ ਦੀ ਮੈਂ ਦੋਨੋਂ ਜਿਹੜੇ ਪੈਨਲ 'ਚ ਮੇਰੇ ਤੋਂ ਸੀਨੀਅਰ ਬੈਠੇ ਨੇ, ਮੈਂ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਆ ਕਿ ਪ੍ਰਾਪਤੀ ਹੈਗੀ ਆ, ਲੇਕਿਨ ਇਹ ਕਿ ਜਿਹੜੀ ਮੋਰਚੇ ਦੀ ਸਮਾਪਤੀ ਆ ਉਹ ਬੜੇ ਗਲਤ ਢੰਗ ਨਾਲ ਕੀਤੀ ਗਈ ਆ। ਤੁਸੀਂ ਇਹ ਨਮੋਛੀ ਆ, ਇਸੇ ਕਰਕੇ ਹੀ ਪਬਲਿਕ ਜਿਹੜੀ ਆ, ਸਿੱਖ ਜਿਹੜੇ ਸੈਂਟੀਮੈਂਟ ਆ ਉਹਨਾਂ ਉਹ ਜੁੜੇ ਹੋਏ ਨੇ, ਉਹ ਸਾਰੇ ਦੇ ਸਾਰੇ ਤੁਹਾਡੇ ਅਗੇਂਸਟ ਹੋ ਰਹੇ ਨੇ ਕਿ ਸਮਾਪਤੀ ਕਿਹੜੇ ਤਰੀਕੇ ਨਾਲ ਕੀਤੀ ਆ। ਮੈਂ ਪਹਿਲਾਂ ਕਹਿ ਚੁੱਕਿਆ, ਤੁਸੀਂ ਵੀ ਇਹੀ ਮੰਨਦੇ ਹੋ? ਮੈਂ ਕਹਿੰਦਾ ਵੀ ਸਮਾਪਤੀ ਦਾ ਜਿਹੜਾ ਤਰੀਕਾ ਸੀ ਉਹ ਗਲਤ ਸੀ, ਬਹੁਤ ਘੱਟ ਸਮੇਂ 'ਚ ਕੀਤਾ ਗਿਆ, ਇੱਕਦਮ ਫੈਸਲੇ ਕੀਤੇ ਗਏ ਜੀ, ਸਾਧ ਸੰਗਤ ਨੂੰ ਪਤਾ ਨਹੀਂ ਲੱਗ ਜੀ। ਤੁਸੀਂ, ਮੈਂ ਸਰ ਇਹ ਕਹਿੰਦਾ ਜੇ ਦੋਨੇ ਮੰਤਰੀ ਸਾਹਿਬਾਨ ਉੱਥੇ ਨਾ ਜਾਂਦੇ, ਫੈਸਲਾ ਆਲਰੇਡੀ ਹੋ ਗਿਆ ਸੀ, ਫੈਸਲਾ ਕਿਹਦੇ ਨਾਲ ਹੋਣਾ ਸੀ? ਸਰਕਾਰ ਨਾਲ ਹੀ ਹੋਣਾ ਸੀ। ਧਰਨਾ ਕਿਹਨੇ ਚੁਕਾਉਣਾ ਸੀ, ਮੋਰਚਾ ਕਿਹਨੇ ਚੁਕਾਉਣਾ ਸੀ? ਸਰਕਾਰ ਨੇ ਚੁਕਾਉਣਾ ਸੀ ਨਾ, ਫਿਰ ਕਹਿ ਦੇਣਾ ਸੀ ਹੁਣ ਕਿਵੇਂ ਚੱਕਿਆ ਗਿਆ? ਹੁਣ ਜੇ ਉਹ ਦੋਨੇ ਮੰਤਰੀ ਉੱਥੇ ਚਲੇ ਗਏ ਤਾਂ ਆਪਾਂ ਇਹ ਗੱਲ ਕਹਿ ਰਹੇ ਕਿ ਜੀ ਇਹ ਸਿਆਸੀ ਸੀਗਾ, ਸਰਕਾਰ ਨੇ ਚੁਕਾਇਆ ਜੀ। ਤਾਂ ਪਿਆਰੇ ਦਰਸ਼ਕ, ਤੁਸੀਂ ਦੇਖਿਆ ਸਾਡੇ ਸਾਰੇ ਪੈਨਲਿਸਟ ਆਪਣੇ ਆਪਣੇ ਪੁਆਇੰਟ ਆਫ ਵਿਊ ਰੱਖ ਰਹੇ ਨੇ, ਪਰ ਇੱਕ ਗੱਲ 'ਤੇ ਬੜੇ ਸਹਿਮਤ ਨੇ ਕਿ ਪ੍ਰਾਪਤੀ ਮੋਰਚੇ ਦੀ ਹੋਈ। ਪ੍ਰਾਪਤੀ ਕਈ ਕਿਸਮ ਦੇ, ਜੇ ਅਸੀਂ ਇਹਦਾ ਐਨਾਲਿਸਿਸ ਕਰੀਏ, ਹੋਈ ਲੱਗਦੀ ਵੀ ਹੈ ਕਿ ਬੇਅਦਬੀ ਦੇ ਮਸਲੇ ਨੂੰ ਲੈ ਕੇ ਸੀ। ਬੇਅਦਬੀ ਦੇ ਬਾਰੇ 'ਚ ਜਿੰਨੀ ਅਵੇਅਰਨੈਸ ਜੋ ਵਿਧਾਨ ਸਭਾ 'ਚ ਹੋਇਆ, ਜਿਸ ਤਰੀਕੇ ਨਾਲ ਸਿੱਟ ਨੇ ਜਿਹੜੀ ਐਕਟੀਵਿਟੀਜ਼ ਸ਼ੋਅ ਕੀਤੀਆਂ, ਜਿਸ ਤਰੀਕੇ ਨਾਲ ਦੋਨੇ ਬਾਦਲਾਂ ਨੂੰ ਅਤੇ ਅਕਸ਼ੈ ਕੁਮਾਰ ਨੂੰ ਬੁਲਾਇਆ ਗਿਆ, ਜਿਸ ਤਰੀਕੇ ਨਾਲ ਸਾਰੇ ਹੋਰ ਗਵਾਹੀਆਂ ਭੁਗਤੀਆਂ ਜਾ ਰਹੀਆਂ ਨੇ, ਇਹਦੇ 'ਚ ਕਿਤੇ ਨਾ ਕਿਤੇ ਜਿਹੜੇ ਸਤਪਾਲ ਸਿੱਧੂ ਹੋਰੀ ਕਹਿ ਰਹੇ ਨੇ, ਦਬਾਅ ਤਾਂ ਕੰਮ ਕਰ ਰਿਹਾ ਇਸ ਮੋਰਚੇ ਦਾ। ਲੇਕਿਨ ਸਾਡੇ ਪੈਨਲਿਸਟ ਜਿਹੜੇ ਤੁਹਾਡੇ ਸਾਹਮਣੇ ਹੈ, ਇੱਕ ਗੱਲ 'ਤੇ ਸਾਰੇ ਸਹਿਮਤ ਨੇ ਕਿ ਨਮੋਸ਼ੀ ਤਾਂ ਹੋਈ ਕੌਮ ਨੂੰ ਕਿ ਜਿਹੜੀ ਇਹਦੀ ਸਮਾਪਤੀ ਹੈ,
ਉਹ ਥੋੜ੍ਹੇ ਜਿਹੇ ਉਸਦਾ ਸਹੀ ਤਰੀਕਾ ਨਹੀਂ ਸੀ, ਸ਼ਾਇਦ ਉਹ ਤਰੀਕੇ ਦੇ ਗਲਤ ਹੋਣ ਕਾਰਨ ਹੀ ਜਿਹੜੇ ਉੱਥੇ ਬੈਠੇ ਸੀ ਦੋਨੇ ਤਿੰਨੇ ਜਥੇਦਾਰ ਉਹਨਾਂ 'ਚ ਵੀ ਆਪਸ ਦੇ ਵਿੱਚ ਕਿਤੇ ਨੇ ਦੂਰੀਆਂ ਵਧੀਆਂ ਨੇ, ਇਹ ਗੱਲ ਵੀ ਸਪੱਸ਼ਟ ਨਜ਼ਰ ਆਉਂਦੀ ਹੈ। ਜੋ ਸੁਰਿੰਦਰ ਸਿੰਘ ਹੋਰੀ ਕਹਿ ਰਹੇ ਨੇ ਕਿ 6 ਤਰੀਕ ਨੂੰ ਜੇ ਕਲਿੱਪ ਆ ਜਾਂਦੀ ਹੈ, ਲੇਕਿਨ ਜੇ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਾਰੀਆਂ ਜਿਹੜੀਆਂ ਸਪੀਚਾਂ, ਚਾਹੇ ਸਿਮਰਤ ਸਿੰਘ ਮਾਨ ਦੇ ਰਿਹਾ, ਚਾਹੇ ਦਾਦੂਵਾਲ ਦੇ ਰਿਹਾ, ਜਾਂ ਹੋਰ ਦੇ ਰਹੇ ਨੇ, ਉਹ ਕਹਿ ਰਹੇ ਨੇ ਵੀ ਜੋ ਫੈਸਲਾ, ਜੇ ਫੈਸਲਾ ਪਹਿਲਾਂ ਹੀ ਹੋ ਗਿਆ ਤਾਂ ਫਿਰ ਇਹ ਕਹਿਣ ਦੀ ਕੀ ਲੋੜ ਹੈ ਕਿ ਫੈਸਲਾ ਦਾਦੂਵਾਲ ਸਾਹਿਬ ਕਰਨਗੇ। ਜ਼ਿਆਦਾ ਇਹ ਕਿਹਾ ਜਾਂਦਾ ਨਾ ਕਿ ਫੈਸਲਾ ਜਿਹੜਾ ਹੋਊਗਾ ਉਹ ਦਾਦੂਵਾਲ ਅਨਾਊਂਸ ਕਰਨਗੇ, ਫੈਸਲਾ ਹੋ ਚੁੱਕਿਆ, ਕਿਉਂਕਿ 6 ਨੂੰ ਇਹ ਕਹਿ ਦਿੱਤਾ ਸੀ, ਤਾਂ ਹੀ ਸ਼ੁਕਰਾਨੇ ਦਾ ਭੋਗ ਰੱਖਿਆ ਸੀ। ਕਈ ਕਿਸਮ ਦੇ ਭੰਬਰ ਭੁੱਸੇ ਕੌਮ 'ਚ ਪਏ ਨੇ, ਪਰ ਦੁੱਖ ਇਸ ਗੱਲ ਦਾ ਕਿ ਜੇ ਐਡਾ ਵੱਡਾ ਮੋਰਚਾ ਲੱਗਿਆ ਸੀ, ਜੇ ਸਹੀ ਤਰੀਕੇ ਨਾਲ ਇਹ ਉਠਾਇਆ ਜਾਂਦਾ ਤਾਂ ਸਾਨੂੰ ਇਸ ਕਿਸਮ ਦੀ ਚਰਚਾ ਨਾ ਕਰਨੀ ਪੈਂਦੀ। ਐਨੀਵੇ ਫਿਰ ਵੀ ਅਸੀਂ, ਕਿਉਂਕਿ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਮੌਕਾ ਮਿਲਿਆ ਗੱਲ ਕਹਿਣ ਦਾ, ਉੱਥੇ ਚਰਚਾ ਕੀਤੀ। ਤੁਸੀਂ ਸੁਰਿੰਦਰ ਜੀ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਪਾਲ ਸਿੱਧੂ ਸਾਹਿਬ, ਦਰਸ਼ਨ ਸਿੱਧੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।